ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਝ ਦਿਨ ਪਹਿਲਾਂ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਕੋਰੋਨਾ ਵਾਇਰਸ ਬਾਰੇ ਜਾਗਰੂਕ ਵੀ ਕੀਤਾ। 22 ਤਰੀਕ ਯਾਨੀ ਕਿ ਅੱਜ ਜਨਤਾ ਕਰਫਿਊ ਲਗਾਉਣ ਦੇ ਹੁਕਮ ਦਿੱਤੇ ਗਏ, ਜਿਸ ਦਾ ਸਮਰਥਨ ਲੋਕਾਂ ਵੱਲੋਂ ਵੀ ਕੀਤਾ ਗਿਆ ਅਤੇ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਵਿੱਚ ਇਹ ਵੀ ਕਿਹਾ ਸੀ ਕਿ ਇਸ ਦਿਨ ਜਿਹੜੇ ਲੋਕ ਸੇਵਾਵਾਂ ਦੇਣਗੇ ਉਹਨਾਂ ਦਾ ਧੰਨਵਾਦ ਕਰਨ ਲਈ ਤਾੜੀਆਂ ਅਤੇ ਥਾਲੀਆਂ ਖੜਕਾਈਆਂ ਜਾਣ। ਅਤੇ ਸ਼ਾਮ ਦੇ 5 ਵਜੇ ਸਾਰ ਹੀ ਲੋਕਾਂ ਨੇ ਦੇਸ਼ ਦੀਆਂ ਵੱਖ ਵੱਖ ਥਾਵਾਂ 'ਤੇ ਤਾੜੀਆਂ ਵਜਾਈਆਂ ਅਤੇ ਥਾਲੀਆਂ ਖੜਕਾਈਆਂ। ਇਹ ਤਸਵੀਰਾਂ ਸੰਗਰੂਰ, ਗਿੱਦੜਬਾਹਾ ਅਤੇ ਹੁਸ਼ਿਆਰਪੁਰ ਦੀਆਂ ਨੇ, ਜਿੱਥੇ ਲੋਕਾਂ ਵੱਲੋਂ ਨਰਿੰਦਰ ਮੋਦੀ ਦੇ ਕਹੇ ਅਨੁਸਾਰ ਤਾੜੀਆਂ ਵਜਾ ਕੇ ਅਤੇ ਥਾਲੀਆਂ ਖੜਕਾ ਕੇ ਅੱਜ ਦੇ ਦਿਨ ਸੇਵਾਵਾਂ ਦੇਣ ਵਾਲੇ ਲੋਕਾਂ ਦਾ ਧੰਨਵਾਦ ਕੀਤਾ ਗਿਆ। ਪਰ ਇਸ ਉੱਤੇ ਕਈ ਲੋਕਾਂ ਨੇ ਸਵਾਲ ਵੀ ਉਠਾਏ ਨੇ। ਪਹਿਲਾਂ ਤੁਸੀਂ ਤਸਵੀਰਾਂ ਵੇਖ ਲਓ, ਫਿਰ ਦੱਸਦੇ ਹਾਂ ਕਿ ਇਸ ਉੱਤੇ ਕਿਸ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਨੇ, ਜਿਹੜੇ ਜਾਇਜ਼ ਵੀ ਲੱਗ ਰਹੇ ਨੇ। ਇਸ ਮੌਕੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਨਰਿੰਦਰ ਮੋਦੀ ਦੇ ਕਹੇ ਅਨੁਸਾਰ ਅੱਜ ਦੇ ਦਿਨ ਸੇਵਾਵਾਂ ਦੇਣ ਵਾਲੇ ਲੋਕਾਂ ਦਾ ਧੰਨਵਾਦ ਕੀਤਾ। ਜਿਸ ਤਰ੍ਹਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਕੋਰੋਨਾ ਵਾਇਰਸ ਜਿਹੜਾ ਅੱਜ ਪੂਰੇ ਵਰਲਡ ਦੇ ਵਿੱਚ ਫੈਲਿਆ ਹੋਇਆ ਹੈ, ਤਕਰੀਬਨ ਵਰਲਡ ਦੇ 160 ਕੰਟਰੀਜ਼ ਦੇ ਵਿੱਚ ਇਹ ਫੈਲਿਆ ਹੋਇਆ ਹੈ। ਇਹ ਬਹੁਤ ਘਾਤਕ ਇੱਕ ਵਾਇਰਸ ਹੈ ਜਿਹਦੇ ਨਾਲ ਤਕਰੀਬਨ 3 ਲੱਖ ਤੋਂ ਉੱਪਰ ਲੋਕ ਇਹਦੇ ਵਿੱਚ ਮਤਲਬ ਪੋਜ਼ਿਟਿਵ ਆ ਚੁੱਕੇ ਨੇ, ਜਿਹਦੇ ਵਿੱਚੋਂ ਮਤਲਬ ਤਕਰੀਬਨ 1 ਲੱਖ ਇਹ 'ਚੋਂ ਠੀਕ ਵੀ ਹੋ ਚੁੱਕੇ ਹੈ। ਪੰਜਾਬ ਦੇ ਵਿੱਚ ਵੀ ਇਹਦੇ ਤਕਰੀਬਨ 38 ਕੇਸ ਆਏ ਨੇ, ਜਿਹਦੇ ਵਿੱਚੋਂ 6 ਪੋਜ਼ਿਟਿਵ ਵੀ ਆਏ ਨੇ। ਇਸ ਨੂੰ ਜਿਹੜਾ ਹੈ ਸਾਡੇ ਕੁਛ ਸੰਸਥਾਵਾਂ, ਪੁਲਿਸ ਮੁਲਾਜ਼ਮ, ਹੈਲਥ ਡਿਪਾਰਟਮੈਂਟ ਦੇ ਜਿਹੜੇ ਬੰਦੇ ਲੱਗੇ ਹੋਏ ਨੇ, ਜਿਹੜੇ ਕੁਛ ਡਿਲੀਵਰੀ ਬੋਆਏ ਨੇ, ਜਿਹੜੇ ਸਾਡੇ ਵਾਸਤੇ ਇਸ ਖਤਰਨਾਕ ਵਾਇਰਸ ਦੇ ਚੱਲਦੇ ਸਾਨੂੰ ਸਰਵਿਸ ਦਿੰਦੇ ਨੇ, ਸਾਨੂੰ ਪ੍ਰੋਵਾਈਡ ਕਰਦੇ ਨੇ, ਵਸਤਾਂ ਘਰਾਂ ਵਿੱਚ ਲਿਆ ਕੇ ਸਪਲਾਈ ਕਰਦੇ ਨੇ ਅਤੇ ਜਿਹੜੇ ਸਾਨੂੰ ਹੈਲਥ ਫੈਸਿਲਿਟੀ ਦੇ ਰਹੇ ਨੇ, ਉਹਨਾਂ ਨੂੰ ਹੌਸਲਾ ਵਧਾਉਣ ਵਾਸਤੇ ਅਸੀਂ ਇਹ ਸਾਰੇ ਲੋਕਾਂ ਨੇ ਰਲ ਕੇ ਇੱਥੇ ਇਹ ਥਾਲੀ ਵਜਾਉਣ ਦਾ, ਤਾਲੀ ਵਜਾਉਣ ਦਾ ਅਤੇ ਘੰਟੀ ਵਜਾਉਣ ਦਾ ਇਹ ਮੁਹਿੰਮ ਚਲਾਈ ਹੈ। ਅਤੇ ਸਾਡੇ ਕੁਛ ਲੋਕਾਂ ਨੇ ਸੰਖ ਵਜਾਏ ਨੇ, ਸਾਡੇ ਬੱਚੇ ਵੀ ਇਸ ਮੁਹਿੰਮ ਦੇ ਵਿੱਚ ਹਾਜ਼ਰ ਨੇ ਅਤੇ ਸਾਡੇ ਮਤਲਬ ਲੇਡੀਜ਼, ਤੁਹਾਡੇ ਬਜ਼ੁਰਗ ਜਿਹੜੇ ਸਾਡੇ ਇੱਥੇ ਨਾਲ ਜੁੜੇ ਹੋਏ, ਸਾਡੇ ਸਾਰੇ ਲੋਕ ਇਸ ਮੁਹਿੰਮ ਦੇ ਵਿੱਚ ਲੱਗੇ ਹੋਏ ਨੇ। ਦੁਨੀਆ ਭਰ ਵਿੱਚ ਲੋਕਾਂ ਦੀਆਂ ਜਾਨਾਂ ਬਚਾਉਣ ਵਾਲੇ ਡਾਕਟਰਾਂ ਨੂੰ ਸਲਾਮ ਕੀਤਾ ਜਾ ਰਿਹਾ ਅਤੇ ਉਹਨਾਂ ਦਾ ਧੰਨਵਾਦ ਕੀਤਾ ਜਾ ਰਿਹਾ ਅਤੇ ਧੰਨਵਾਦ ਕਰਨਾ ਵੀ ਬਣਦਾ। ਕਿਉਂ ਜਾਂਦੇ ਪਏ ਜੀ? ਤੁਹਾਨੂੰ ਸਾਰਿਆਂ ਨੂੰ ਪਤਾ ਵੀ ਸਾਡੇ ਦੇਸ਼ ਦੇ ਵਿੱਚ ਮਹਾਂਮਾਰੀ ਜੋ ਫੈਲੀ ਹੋਈ ਹੈ, ਅਸੀਂ ਤਾਂ ਸਾਰੇ ਘਰ ਬੈਠੇ ਹਾਂ, ਸੇਫ ਹੈ, ਪਰ ਜੋ ਡਾਕਟਰ ਹੈ, ਨਰਸਾਂ ਆ ਜਾਂ ਦੇਸ਼ ਦੇ ਸੈਨਿਕ ਹੈ ਜੋ ਇੰਨਾ ਕੁਛ ਕਰ ਰਹੇ ਆ, ਅਸੀਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਜਿੱਦਾਂ ਸਾਨੂੰ ਮੋਦੀ ਸਾਹਿਬ ਜੀ ਨੇ ਵੀ ਕਿਹਾ ਸੀਗਾ, ਉਹਨਾਂ ਨੇ ਅਨਾਊਂਸ ਕੀਤਾ ਸੀਗਾ, ਰਿਕੁਐਸਟ ਕੀਤੀ ਸੀਗੀ, ਅਸੀਂ ਉਹਨੂੰ ਪਾਲਣਾ ਕੀਤੀ ਹੈ। ਸਾਨੂੰ ਬਹੁਤ ਹੀ ਅੱਛਾ ਲੱਗਾ। ਇਸੇ ਤਰ੍ਹਾਂ ਹੀ ਹੌਸਲਾ ਅਫਜਾਈ ਕਰਨ ਦੀ ਜ਼ਰੂਰਤ ਹੈ ਇੱਕ ਦੂਸਰੇ ਦੀ, ਤਾਂ ਜੋ ਇਹ ਮਹਾਂਮਾਰੀ ਨੂੰ ਕਿੰਨਾ ਦਾ ਹੌਸਲਾ ਅਫਜਾਈ ਕਰ ਰਹੇ ਤੁਸੀਂ? ਸਾਰਿਆਂ ਦਾ ਜੀ, ਸਾਰਿਆਂ ਦਾ, ਡਾਕਟਰਾਂ ਦਾ, ਨਰਸਾਂ ਦਾ, ਸੈਨਿਕਾਂ ਦਾ, ਜਿਹੜੇ ਵੀ ਦੇਸ਼ ਦੀ ਮਦਦ ਕਰ ਰਹੇ ਆ ਇਸ ਟਾਈਮ, ਪੱਤਰਕਾਰ ਜਿਹੜੇ ਵੀਰ ਸਾਡੇ ਹੈਗੇ ਆ ਜਿਹੜੇ ਕਵਰ ਕਰ ਰਹੇ ਆ ਇਸ ਚੀਜ਼ ਨੂੰ, ਇੱਕ ਦੂਜੇ ਨੂੰ ਦੱਸ ਰਹੇ ਆ, ਵਧੀਆ ਖਬਰਾਂ ਜਿਹੜੀਆਂ ਦੇ ਰਹੇ ਆ, ਨੈਗੇਟਿਵ ਖਬਰਾਂ ਨਹੀਂ ਦੇ ਰਹੇ, ਬਹੁਤ ਹੀ ਵਧੀਆ ਸਾਨੂੰ ਲੱਗ ਰਿਹਾ। ਅਸੀਂ ਉਹਨਾਂ ਦੀ ਹੌਸਲਾ ਅਫਜਾਈ ਕਰ ਰਹੇ ਹਾਂ, ਅਸੀਂ ਉਹਨਾਂ ਦੇ ਨਾਲ ਹੈ ਜਦੋਂ ਵੀ ਜ਼ਰੂਰਤ ਪਏਗੀ। ਹਾਂਜੀ, ਅਤੇ ਕੀ ਕਹਿੰਦੇ, ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਸਾਰੇ? ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ, ਜੋ ਵੀ ਸਾਨੂੰ ਗੌਰਮੈਂਟ ਨੇ ਕਿਹਾ ਹੈ, ਇੰਸਟਰਕਟ ਕੀਤਾ, ਸਾਨੂੰ ਉਹ ਫੋਲੋ ਕਰਨਾ ਚਾਹੀਦਾ। ਜੋ ਰੂਲ ਬਣਾਏ ਆ ਗੌਰਮੈਂਟ ਦੇ, ਉਹ ਸਾਨੂੰ ਤੋੜਨੇ ਨਹੀਂ ਚਾਹੀਦੇ, ਕਿਉਂਕਿ ਸਾਡੇ ਆਪਣੇ ਲਈ, ਸਾਰਿਆਂ ਲਈ ਬਹੁਤ ਹੀ ਫਾਇਦੇਮੰਦ ਹੈ, ਸਾਡੇ ਬੱਚਿਆਂ ਲਈ, ਸਾਡੀ ਸਿਹਤ ਦੇ ਲਈ, ਇਸ ਕਰਕੇ ਉਹਨਾਂ ਨੂੰ ਫੋਲੋ ਕਰਨਾ ਚਾਹੀਦਾ। ਜਿਹੜਾ ਅੱਜ ਲੋਕਾਂ ਵੱਲੋਂ ਐਪਰੀਸ਼ੀਏਟ ਕੀਤਾ ਗਿਆ ਹੈ, ਪਰਸੋਂ ਜਿਸ ਰੋਜ਼ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਪੂਰੇ ਦੇਸ਼ ਨੂੰ ਸੰਬੋਧਨ ਕੀਤਾ ਗਿਆ ਸੀ, ਉਹਨਾਂ ਵੱਲੋਂ ਪੂਰੇ ਦੇਸ਼ ਵਾਸੀਆਂ ਨੂੰ ਇੱਕ ਅਪੀਲ ਕੀਤੀ ਗਈ ਸੀ ਕਿ 22 ਤਰੀਕ ਨੂੰ ਜਨਤਾ ਕਰਫਿਊ ਵਾਲੇ ਦਿਨ
ਠੀਕ 5:05 ਤੇ ਜੋ ਸਿਵਲ ਪ੍ਰਸ਼ਾਸਨ ਦੇ, ਪੁਲਿਸ ਪ੍ਰਸ਼ਾਸਨ ਦੇ, ਸਮਾਜ ਸੇਵੀ, ਪੱਤਰਕਾਰ ਵੀਰ ਜੋ ਆਪਦਾ ਫਰਜ਼ ਪ੍ਰੋਪਰ ਤਰੀਕੇ ਇਸ ਕੋਰੋਨਾ ਵਾਇਰਸ ਦੇ ਖਾਤਮੇ ਲਈ ਆਪਦੀਆਂ ਡਿਊਟੀਆਂ ਨਿਭਾ ਰਹੇ ਹਨ, ਉਹਨਾਂ ਦੀ ਹੌਸਲਾ ਅਫਜਾਈ ਲਈ 5:05 ਤੇ ਜੋ ਕਲੈਪਿੰਗ ਦਾ, ਤਾੜੀਆਂ ਖੜਕਾਉਣ ਦਾ ਸੀ, ਉਹ ਗਿੱਦੜਵਾਹਾ ਮੰਡੀ ਵਿੱਚ ਪੂਰਾ ਸਫਲ ਰਿਹਾ ਹੈ। ਦੋਸਤੋ, ਮੈਂ ਇੱਕ ਵਾਰ ਫਿਰ ਇਹੀ ਅਪੀਲ ਕਰੂੰਗਾ ਕਿ ਪ੍ਰਸ਼ਾਸਨ ਵੱਲੋਂ, ਸਰਕਾਰ ਵੱਲੋਂ ਆਪਦਾ ਫਰਜ਼ ਬਹੁਤ ਵਧੀਆ ਨਿਭਾਇਆ ਜਾ ਰਿਹਾ ਹੈ। ਹੁਣ ਆਪਾਂ ਆਪਦੇ ਵੱਲੋਂ ਕਿਸੇ ਤਰ੍ਹਾਂ ਦੀ ਢਿੱਲ ਨਾ ਰੱਖੀਏ, ਰਲ ਮਿਲ ਕੇ ਇਸ ਕੋਰੋਨਾ ਨੂੰ, ਦੀ ਬਿਮਾਰੀ ਨੂੰ ਠੱਲ ਪਾਉਣ ਵਿੱਚ ਪ੍ਰਸ਼ਾਸਨ ਦਾ ਸਾਥ ਦੇਈਏ। ਖੈਰ, ਲੋਕਾਂ ਨੇ ਧੰਨਵਾਦ ਕੀਤਾ, ਬਹੁਤ ਚੰਗੀ ਗੱਲ ਹੈ। ਪਰ ਸਵਾਲ ਇਹ ਉਠਾਏ ਜਾ ਰਹੇ ਨੇ ਕਿ ਇਸ ਮੌਕੇ ਕਈ ਥਾਵਾਂ 'ਤੇ ਢੋਲ ਧਮਾਕੇ ਵੀ ਵਜਾਏ ਗਏ, ਪਟਾਕੇ ਵਜਾਏ ਗਏ, ਅਤੇ ਇਹਨਾਂ ਦਾ ਮਤਲਬ ਕੀ ਬਣਦਾ? ਕੀ ਕੋਰੋਨਾ ਵਾਇਰਸ ਪੂਰੀ ਤਰ੍ਹਾਂ ਨਾਲ ਖਤਮ ਹੋ ਗਿਆ? ਜਿਹੜੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਅਤੇ ਜਿਹੜੇ ਲੋਕ ਥਾਲੀਆਂ ਖੜਕਾ ਰਹੇ ਨੇ, ਇਹ ਟੋਲਿਆਂ ਦੇ ਵਿੱਚ ਇਕੱਠੇ ਹੋ ਕੇ ਥਾਲੀਆਂ ਵਜਾ ਰਹੇ ਨੇ, ਇਸ ਤਰ੍ਹਾਂ ਦੇ ਨਾਲ ਕੀ ਜੇਕਰ ਕੋਈ ਕੋਰੋਨਾ ਪੋਜ਼ਿਟਿਵ ਹੋਇਆ ਤਾਂ ਬਾਕੀ ਲੋਕਾਂ ਨੂੰ ਵਾਇਰਸ ਨਹੀਂ ਜਾਏਗਾ? ਕਿਉਂਕਿ ਇਹ ਤਾਂ ਉਹ ਘੜੀ ਹੈ ਜਿਸ ਵਿੱਚ ਸਕਿੰਟਾਂ ਦੀ ਲਾਪਰਵਾਹੀ ਵੀ ਤੁਹਾਨੂੰ ਵੱਡੇ ਖਤਰੇ 'ਚ ਪਾ ਸਕਦੀ ਹੈ। ਪਰ ਇੱਥੇ ਤਾਂ ਲੋਕਾਂ ਨੇ ਇਕੱਠੇ ਹੋ ਕੇ ਟੋਲਿਆਂ ਦੇ ਟੋਲੇ ਬਣਾ ਕੇ ਇਸ ਤਰ੍ਹਾਂ ਜਸ਼ਨ ਮਨਾਏ ਨੇ ਜਿਵੇਂ ਭਾਰਤ ਵਰਲਡ ਕੱਪ ਜਿੱਤ ਕੇ ਆਇਆ ਹੁੰਦਾ ਅਤੇ ਕੋਈ ਵੀ ਬਿਮਾਰੀ ਕਿਸੇ ਵੀ ਦੇਸ਼ ਵਿੱਚ ਨਾ ਫੈਲੀ ਹੋਵੇ। ਦੁਨੀਆ ਦੇ ਵੱਡੇ ਦੇਸ਼ ਹਿੱਲੇ ਪਏ ਨੇ। ਜਿਹੜੇ ਦੇਸ਼ ਸਿਹਤ ਸੇਵਾਵਾਂ ਪੱਖੋਂ ਅਵਲ ਨੰਬਰ 'ਤੇ ਨੇ, ਉਹਨਾਂ ਦੇ ਰਾਸ਼ਟਰਪਤੀ ਰੋ ਰਹੇ ਨੇ ਅਤੇ ਕਿਹਾ ਜਾ ਰਿਹਾ ਕਿ ਉਹਨਾਂ ਦੇ ਹੱਥ ਖੜੇ ਨੇ, ਹੁਣ ਤਾਂ ਰੱਬ ਹੀ ਬਚਾਵੇ। ਪਰ ਸਾਡੇ ਦੇਸ਼ ਵਿੱਚ ਲੋਕਾਂ ਨੇ ਟੋਲਿਆਂ ਦੇ ਟੋਲੇ ਬਣਾ ਕੇ ਜਿੱਥੇ ਥਾਲੀਆਂ ਖੜਕਾਈਆਂ ਉੱਥੇ ਪਟਾਕੇ ਵਜਾਏ ਅਤੇ ਢੋਲ ਧਮਾਕੇ ਵੀ। ਇਹ ਕਿੰਨਾ ਕੁ ਜਾਇਜ਼ ਹੈ ਅਤੇ ਇਸ ਦਾ ਮੈਸੇਜ ਦੁਨੀਆ ਭਰ ਵਿੱਚ ਕੀ ਜਾਂਦਾ, ਇਹ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ। ਕਹਿੰਦੇ ਨੇ ਸਮਝਦਾਰ ਨੂੰ ਇਸ਼ਾਰਾ ਕਾਫੀ ਹੁੰਦਾ, ਸੋ ਸਮਝਦਾਰ ਲੋਕਾਂ ਨੂੰ ਜ਼ਰੂਰ ਸਮਝਣਾ ਚਾਹੀਦਾ। ਦੁੱਖ ਦੀ ਘੜੀ ਵਿੱਚ ਰੱਬ ਨੂੰ ਯਾਦ ਕੀਤਾ ਜਾਵੇ, ਨਾ ਕਿ ਜਸ਼ਨ ਮਨਾਏ ਜਾਣ, ਕਿਉਂਕਿ ਅਸੀਂ ਉਹਨਾਂ ਦੇਸ਼ਾਂ ਵਿੱਚ ਆਉਂਦੇ ਹਾਂ ਜਿਹੜੇ ਸਿਹਤ ਸੇਵਾਵਾਂ ਪੱਖੋਂ ਕਾਫੀ ਹੱਦ ਤੱਕ ਥੱਲੇ ਵੀ ਨੇ, ਅਤੇ ਜੇਕਰ ਇਸ ਬਿਮਾਰੀ ਨੇ ਸਾਡੇ ਦੇਸ਼ ਵਿੱਚ ਪੈਰ ਪਸਾਰ ਲਏ ਤਾਂ ਸੰਭਲਣਾ ਬਹੁਤ ਔਖਾ ਹੋ ਜਾਏਗਾ। ਠੀਕ ਹੈ, ਹੌਸਲੇ ਵਿੱਚ ਰਹਿਣਾ ਚੰਗੀ ਗੱਲ ਹੈ, ਪਰ ਲਾਪਰਵਾਹੀ ਵਰਤਣਾ ਬਹੁਤ ਮਾੜੀ ਗੱਲ ਹੈ। ਖੈਰ, ਥਾਲੀਆਂ ਖੜਕਾਈਆਂ ਜਾ ਚੁੱਕੀਆਂ ਨੇ, ਤਾੜੀਆਂ ਵਜਾਈਆਂ ਜਾ ਚੁੱਕੀਆਂ ਨੇ, ਪਰ ਹੁਣ ਵੇਖਣਾ ਹੋਵੇਗਾ ਕਿ ਇਹ ਬਿਮਾਰੀ ਦੁਨੀਆ ਨੂੰ ਕਦੋਂ ਤੱਕ ਛੱਡਦੀ ਹੈ ਅਤੇ ਕਦੋਂ ਰਾਹਤ ਦੀ ਖਬਰ ਸਾਹਮਣੇ ਆਉਂਦੀ ਹੈ। ਗਿੱਦੜਬਾਹਾ ਤੋਂ ਸੋਨੀ ਢਿੱਲਾ, ਸੰਗਰੂਰ ਤੋਂ ਸੰਜੀਵ ਗੋਇਲ ਅਤੇ ਹੁਸ਼ਿਆਰਪੁਰ ਤੋਂ ਅਮਰੀਕ ਕੁਮਾਰ, ਪੰਜਾਬੀ ਲੋਕ ਚੈਨਲ।